ਸੋ ਕਾਲਡ ਜਥੇਦਾਰ ਨੂੰ ਕਿ ਆਖਿਰ ਉਸ ਦੇ ਕੁਛ ਇੱਕ ਸਵਾਲਾਂ ਪ੍ਰਤੀ ਸਟੈਂਡ ਕੀ ਨੇ। ਜਸਟਿਸ ਰਣਜੀਤ ਦੀ ਰਿਪੋਰਟ ਅਨੁਸਾਰ ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ ਬਾਦਲ ਪਰਿਵਾਰ ਦਾ ਇੱਕ ਵੱਡਾ ਹੱਥ ਸੀ। ਹਰਪ੍ਰੀਤ ਸਿੰਘ ਸਟੇਜਾਂ ਤੋਂ ਜਾ ਕੇ ਇਹ ਕਹਿੰਦਾ ਕਿ ਜਿਹੜੇ ਸਿੱਖ ਨੇ ਉਹ ਭਾਰਤ ਵਿੱਚ ਸੇਫ ਨਹੀਂ, ਉਹਦਾ ਕੀ ਸਟੈਂਡ ਆ ਕਿ ਸੰਗਤ ਦੇ ਚੁਣੇ ਉਸ ਸਰਬ ਪ੍ਰਮਾਣਿਤ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਦੇਖਿਆ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਬਾਦਲਾਂ ਦੀ ਪਰਚੀ ਚੋਂ ਨਿਕਲਿਆ ਹੋਇਆ ਜਥੇਦਾਰ ਜਿਹਨੂੰ ਬਣਾਇਆ ਹੋਇਆ ਹਰਪ੍ਰੀਤ ਸਿੰਘ ਨੂੰ, ਉਹ ਅੱਜ ਕੱਲ ਯੂਕੇ ਦੀਆਂ ਸਟੇਜਾਂ ਤੋਂ ਕਰੀਬਨ 6 ਤੋਂ 7 ਗੁਰਦੁਆਰਿਆਂ 'ਚ ਆ ਰਿਹਾ। ਸੰਗਤ ਜੀ, ਕੁਛ ਇੱਕ ਅਹਿਮ ਸਵਾਲ ਨੇ ਜਿਹੜੇ ਸਾਨੂੰ ਪੁੱਛਣੇ ਜ਼ਰੂਰੀ ਨੇ ਉਹਨਾਂ ਪ੍ਰਬੰਧਕਾਂ ਨੂੰ ਜਿਹੜੇ ਇਹਨਾਂ ਨੂੰ ਸੱਦ ਰਹੇ ਨੇ, ਅਤੇ ਦੂਸਰੀ ਗੱਲ ਇਸ ਸੋ ਕਾਲਡ ਜਥੇਦਾਰ ਨੂੰ ਕਿ ਆਖਿਰ ਉਸ ਦੇ ਕੁਛ ਇੱਕ ਸਵਾਲਾਂ ਪ੍ਰਤੀ ਸਟੈਂਡ ਕੀ ਨੇ। ਸਭ ਤੋਂ ਪਹਿਲਾ ਸਵਾਲ ਜੇ ਅਸੀਂ ਉਹਨਾਂ ਨੂੰ ਪੁੱਛਣਾ, ਉਹ ਸਭ ਤੋਂ ਜ਼ਰੂਰੀ ਅਤੇ ਅਹਿਮ ਸਵਾਲ ਹੈ ਕਿ ਜਸਟਿਸ ਰਣਜੀਤ ਦੀ ਰਿਪੋਰਟ ਅਨੁਸਾਰ ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ ਬਾਦਲ ਪਰਿਵਾਰ ਦਾ ਇੱਕ ਵੱਡਾ ਹੱਥ ਸੀ। ਉਹਨਾਂ ਦੇ ਆਰਡਰਾਂ 'ਤੇ ਸਿੰਘ ਸ਼ਹੀਦ ਹੋਏ, ਜਿਹੜਾ ਬਗੈਰ ਮੰਗੇ ਸੌਦਾ ਸਾਧ ਨੂੰ ਮਾਫ਼ੀ ਦਿੱਤੀ ਗਈ, ਉਸ ਵਿੱਚ ਬਾਦਲਾਂ ਦੀ ਇਨਵੋਲਵਮੈਂਟ ਸੀ। ਸਾਰੀਆਂ ਗੱਲਾਂ ਗਿਆਨੀ ਗੁਰਮੁਖ ਸਿੰਘ ਨੇ ਵੀ ਖੋਲ੍ਹ ਕੇ ਦੱਸੀਆਂ ਔਰ ਜਸਟਿਸ ਰਣਜੀਤ ਦੀ ਰਿਪੋਰਟ ਵੀ ਦੱਸਦੀ। ਸਿਰਫ ਇੰਨਾ ਹੀ ਨਹੀਂ, ਜਿਹੜੀਆਂ 100 ਤੋਂ ਵੱਧ ਜਗਾਵਾਂ 'ਤੇ ਬੇਦਵੀਆਂ ਹੋਈਆਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ, ਉਹਦੇ ਵਿੱਚ ਵੀ ਜਾਣੇ ਅਣਜਾਣੇ ਬਾਦਲਾਂ ਦਾ ਜਿਹੜਾ ਹੱਥ ਜਿਹੜਾ ਉਹ ਸਾਫ਼ ਝਲਕਦਾ। ਸਵਾਲ ਇੱਕ ਸਿੰਪਲ ਹੈ ਕਿ ਅੱਜ ਜੇ ਇਹ ਆਪਣੇ ਆਪ ਨੂੰ ਅਕਾਲ ਤਖ਼ਤ ਦਾ ਜਥੇਦਾਰ ਅਖਵਾਉਂਦੇ ਆ ਹਰਪ੍ਰੀਤ ਸਿੰਘ, ਅਤੇ ਉਹਦਾ ਇਸ ਪਰਿਵਾਰ ਪ੍ਰਤੀ ਸਟੈਂਡ ਕੀ ਹੈ? ਕੀ ਉਹਨੇ ਇਹਨਾਂ ਨੂੰ ਪੰਥ ਤੋਂ ਛੇਕਿਆ? ਕੀ ਇਹਦਾ ਫਕਰੇ ਜਿਹੜਾ ਕੌਮ ਦਾ ਅਵਾਰਡ ਹੈ, ਕੀ ਉਹ ਵਾਪਸ ਲਿਆ ਗਿਆ? ਕੀ ਇਹਨਾਂ ਨੂੰ ਕੋਈ ਤਨਖਾਹ ਲਾਈ ਗਈ ਹੈ? ਦੂਸਰਾ ਸਭ ਤੋਂ ਅਹਿਮ ਸਵਾਲ ਹੈ, ਅੱਜ ਹਰਪ੍ਰੀਤ ਸਿੰਘ ਸਟੇਜਾਂ ਤੋਂ ਜਾ ਕੇ ਇਹ ਕਹਿੰਦਾ ਕਿ ਜਿਹੜੇ ਸਿੱਖ ਨੇ ਉਹ ਭਾਰਤ ਵਿੱਚ ਸੇਫ ਨਹੀਂ। ਸਾਨੂੰ ਹਰਪ੍ਰੀਤ ਸਿੰਘ ਦੀ ਲੋੜ ਨਹੀਂ ਸਾਨੂੰ ਇਹ ਗੱਲ ਕਹਿਣ ਲਈ, ਇਹ ਗੱਲ ਤਾਂ ਬਾਬਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਾਨੂੰ 1984 'ਚ ਹੀ ਦੱਸ ਗਏ ਸਨ। ਸੋ ਅੱਜ ਸਵਾਲ ਇਹ ਹੈ ਕਿ ਜਿਸ ਸ਼ਿੱਦਤ ਦੇ ਨਾਲ RSS ਤੇ ਬਾਦਲ ਪਰਿਵਾਰ ਸਾਡੀਆਂ ਇੰਸਟੀਟਿਊਸ਼ਨ ਜਿਹਦੇ ਵਿੱਚ SGPC ਅਕਾਲ ਤਖ਼ਤ ਸਾਹਿਬ ਇਹਨਾਂ ਨੂੰ ਖਤਮ ਕਰਨ 'ਤੇ ਤੁਲੀ ਹੈ, ਉਹਦੇ ਪ੍ਰਤੀ ਹਰਪ੍ਰੀਤ ਸਿੰਘ ਦਾ ਸਟੈਂਡ ਕੀ ਹੈ? ਅਤੇ ਤੀਸਰਾ ਅਹਿਮ ਸਵਾਲ, ਚੱਬੇ ਦੀ ਧਰਤੀ 'ਤੇ ਲੱਖਾਂ ਦੇ ਇਕੱਠ ਵਿੱਚ ਜਿੱਥੇ ਸੰਗਤ ਨੇ ਇੱਕ ਪੈਰਲਲ ਜਥੇਦਾਰ ਚੁਣਿਆ ਕਿਉਂਕਿ ਉਸ ਪ੍ਰਣਾਲੀ ਤੋਂ ਜਿਹੜਾ ਸੰਗਤਾਂ ਦਾ ਵਿਸ਼ਵਾਸ ਉੱਠ ਗਿਆ ਸੀ, ਇਹ ਵੀ ਇੱਕ ਸਵਾਲ ਹਰਪ੍ਰੀਤ ਸਿੰਘ ਤੋਂ ਪੁੱਛਣ ਦੀ ਲੋੜ ਹੈ ਕਿ ਉਹਦਾ ਕੀ ਸਟੈਂਡ ਆ ਕਿ ਸੰਗਤ ਦੇ ਚੁਣੇ ਉਸ ਸਰਬ ਪ੍ਰਮਾਣਿਤ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਕੀ ਉਹ ਆਪਣਾ ਸਰਪ੍ਰਸਤ ਜਥੇਦਾਰ ਮੰਨਦਾ ਜਾਂ ਨਹੀਂ ਮੰਨਦਾ? ਅਜਿਹੇ ਸਵਾਲ ਮੇਰੀ ਬੇਨਤੀ ਹੈ, ਜਿੰਨੀਆਂ ਵੀ ਸੰਗਤਾਂ ਜਿਹੜੇ ਗੁਰਦੁਆਰਿਆਂ 'ਚ UK ਇਹ ਆ ਰਿਹਾ, ਸੰਗਤਾਂ ਇਹ ਸਵਾਲ ਡਟ ਕੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਪੁੱਛਣ ਕਿ ਜਿਸ ਹਜ਼ੂਰੀ ਦੇ ਵਿੱਚ, ਜਿਸ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਦੇ ਵਿੱਚ ਤੂੰ ਆ ਰਿਹਾ, ਉਸ ਦੀ ਬੇਦਬੀ ਕਰਨ ਵਾਲੇ ਪਰਿਵਾਰ ਬਾਰੇ ਤੇਰੀ ਕੀ ਰਾਏ ਹੈ? ਇਸ ਦੇ ਨਾਲ ਹੀ ਦਾਸ ਜਿਹੜਾ ਉਹ ਖਿਮਾ ਦਾ ਜਾਚਕ ਹੈ, ਆਉਣ ਵਾਲੇ ਸਮੇਂ 'ਚ ਜਿਹੜੀਆਂ ਹੋਰ ਗੱਲਾਂ ਨੇ ਉਹ ਵੀ ਸਾਂਝੀਆਂ ਕਰਾਂਗੇ, ਪਰ ਇਹ ਸਵਾਲ ਸੰਗਤ ਜ਼ਰੂਰ ਪੁੱਛੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।